पी जी में दवाइयों के दुकानदार और डॉक्टरों के साथ मिलकर गरीब मरीजों को लूटा जा रहा है जो दवाइयां दुकानों पर मात्र 600 रुपए की मिलती हैं, वही दवाइयां दो से तीन हजार में दी जा रही हैं। इस बात का खुलासा किया है पीजीआई के गुरुद्वार और संस्था के प्रधान इंद्रप्रीत सिंह चड्डा ने इस बात का खुलासा चड्डा ने नेशनल बस के फाउंडर रमनीक मोंगिया ऐसी किया और इतना ही नहीं राज्य की सरकार ऐसी गुहार भी लगाई है की इस कैम को जल्द ऐसी जल्द खत्म किया जाए क्यूँकी स्कैम के कारण मजबूर और गरीब आदमी पिस रहा है ਸਾਡੇ ਨਾਲ ਨੇ ਚੱਡਾ ਸਾਹਿਬ ਇੱਕ ਬਹੁਤ ਵੱਡਾ ਮਸਲਾ ਹੈ ਦਵਾਈਆਂ ਦਾ ਬਹੁਤ ਵੱਡਾ ਇੱਕ ਮਾਫੀਆ ਹੈ ਇੱਕ ਕੰਸੋਰਟੀਅਮ ਹੈ ਤੁਸੀਂ ਉਸ ਨੂੰ ਕਿਸ ਕਿੰਨੇ ਹੱਦ ਤੱਕ ਤੋੜ ਪਾਏ ਹੋ ਕਿਉਂਕਿ ਜਿਸ ਤਰ੍ਹਾਂ ਤੁਸੀਂ ਗੱਲ ਕਹੀ ਵੀ ਦਵਾਈ ਉਹ ਸੀਗੀ 1500 ਦੀ ਪਰ ਉਹ ਦੱਸੀ 7000 ਦੀ ਜਾ ਰਹੀ ਸੀ ਜਾਂ 10000 ਦੀ ਦੱਸੀ ਜਾ ਰਹੀ ਸੀ ਉਸ ਚੀਜ਼ ਵਾਸਤੇ ਤੁਸੀਂ ਕਿਹਾ ਸਰਕਾਰ ਨੂੰ ਕੋਈ ਅਪਰੋਚ ਕੀਤਾ ਹੈ ਮੈਂ ਕਹਿਣਾ ਚਾਹਾਂਗਾ ਬੜੇ ਅਫਸੋਸ ਦੀ ਗੱਲ ਹੈ ਕਿ ਇਹ ਬੜਾ ਵੱਡਾ ਗਵਰਨਮੈਂਟ ਦਾ ਫੇਲੀਅਰ ਹੈ ਮੈਂ ਤੁਹਾਨੂੰ ਛੋਟਾ ਜਿਹਾ ਉਦਾਹਰਨ ਦੇਵਾਂਗਾ ਮੇਰਾ ਟਾਈਮ ਤੇ ਤੁਹਾਡਾ ਸਮਾਂ ਦੇ ਮੈਂ ਖਾਵਾਂਗਾ ਪਰ ਇੱਕ ਉਦਾਹਰਨ ਦਿੱਤੇ ਬਗੈਰ ਗੱਲ ਬਣਨੀ ਨਹੀਂ ਪਹਿਲੇ ਅਸੀਂ ਪੇਸ਼ੈਂਟ ਜਿਹੜਾ ਆਂਦਾ ਸੀ ਉਹਦੀ ਕੈਸ਼ ਹੈਲਪ ਕਰ ਦੇਈਦੀ ਸੀ ਇੱਕ ਦਿਨ ਕੀ ਹੋਇਆ ਇੱਕ ਮੇਰੇ ਕੋਲ ਬਜ਼ੁਰਗਔਰਤ ਆਈ ਤੇ ਉਹ ਕਿਤੇ ਨਾਲ ਉਹਦਾ ਬੱਚਾ ਸੀ ਤੇ ਉਹ ਬੱਚੇ ਨੂੰ ਕਹੀ ਜਾਏ ਕਿ ਤੂੰ ਘਰ ਜਾ ਸੇਵਾਕਾਰ ਜਲੰਧਰ ਦੇ ਰਹਿਣ ਵਾਲੇ ਸੀ ਪਿਓ ਦਾ ਗਰੀਬ ਹੋਮਗਾਰਡ 'ਚ ਸਰਵਿਸ ਕਰਦਾ ਜੀ ਮੈਨੂੰ ਇੱਥੇ ਛੱਡ ਜਾ ਮੇਰੇ ਅਕੀਰਲੇ ਦਿਨਾਂ ਤੇ ਮਾਂ ਪੁੱਤ ਰੋਈ ਜਾਣ ਮੈਂ ਪੁੱਛਿਆ ਮੈਂ ਕਿ ਮਾਤਾ ਕੀ ਗੱਲ ਆ ਉਹ ਕਹਿੰਦੀ ਇਸ ਤਰ੍ਹਾਂ ਹੈ ਕਿ ਸਾਡਾ 1.5 ਲੱਖ ਰੁਪਿਆ ਸਰਕਾਰ ਵੱਲੋਂ ਪੀਜੀਆਈ 'ਚ ਆਇਆ ਸੀਗਾ ਅੱਜ ਉਹ ਪੈਸੇ 'ਚ 17000 ਰੁਪਿਆ ਬਚਿਆ ਸੀ ਉਹਦੀ ਉਹਨਾਂ ਨੇ ਦਵਾਈ ਦੇ ਦਿੱਤੀ ਐ ਤੇ 10000 ਰੁਪਿਆ ਹੋਰ ਚਾਹੀਦਾ ਤੇ ਮਹੀਨੇ ਦੀ ਦਵਾਈ ਪੂਰੀ ਹੋਏਗੀ ਤੇ ਅੱਗੇ ਤੇ ਸਾਡੇ ਕੋਲ ਪੈਸੇ ਹੈ ਨਹੀਂ ਤੇ ਇਹਨੂੰ ਮੈਂ ਕਹਿ ਰਹੀ ਹਾਂ ਬੱਚਾ ਮੇਰੀ ਮੇਰਾ ਸਾਥ ਨਹੀਂ ਛੱਡਦਾ ਜਾਂਦਾ ਨਹੀਂ ਉਹ ਦਿਮਾਗ 'ਚ ਗੱਲ ਆਈ ਮੈਂ ਕਿਹਾ ਚਲ ਮਾਤਾ 17000 ਦੀ ਉਹਨਾਂ ਨੇ ਤਾਂ ਲੈਤੀ ਇਹ 10000 ਰੁਪਏ ਮੈਂ ਆਪਣੇ ਡਰਾਈਵਰ ਨੂੰ ਦਿੱਤਾ ਮੁੰਡੇ ਨੂੰ ਨਾਲ ਬਟਾਇਆ ਪ੍ਰੈਸਕ੍ਰਿਪਸ਼ਨ ਦੇ ਕੇ ਤੇ ਉਹਨਾਂ ਨੂੰ ਭੇਤਾ ਆਪਣਾ ਦੁਕਾਨ ਤੇ ਪਹਿਲੀ ਵਾਰ ਜਦ ਅਸੀਂ ਦਵਾਈ ਕਿਸੇ ਨੂੰ ਲੈ ਕੇ ਦਿੱਤੀ ਤੇ ਉੱਥੋਂ ਮੈਨੂੰ ਡਰਾਈਵਰ ਦਾ ਟੈਲੀਫੋਨ ਆਇਆ ਕਹਿੰਦਾ ਸਰਦਾਰ ਜੀ ਤੁਸੀਂ ਤਾਂ ਪੈਸੇ ਬੜੇ ਯਾਰਾ ਦੇ ਤੇ ਮੈਂ ਕਿਹਾ ਕਿਉਂ ਕਹਿੰਦਾ ਦਵਾਈ ਤੇ 1500 ਦੀ ਹੈ ਉਹਨੇ ਮੇਰੀ ਦੁਕਾਨਦਾਰ ਨਾਲ ਗੱਲ ਕਰਾਈ ਕਹਿੰਦਾ ਜੀ ਵਾਕਈ 1500 ਦੀ ਦਵਾਈ ਹੈ ਮੈਂ ਕਿਹਾ ਫਿਰ ਪਤਾ ਕਰਾ ਕੇ ਸਾਰੀ ਦਵਾਈ ਕਿੰਨੇ ਦੀ ਹੈ ਉਹਦਾ ਟੈਲੀਫੋਨ ਆਇਆ 6500 ਦੀ ਹੈ ਜਿਹੜੀ 270 ਫਿਰ ਅਸੀਂ ਉਹਨੂੰ ਸਿਸਟਮ ਨੂੰ ਦੇਖਿਆ ਕਿ ਸਿਸਟਮ ਕੀ ਹੈ ਰਨਬੈਕਸੀ ਕੰਪਨੀ ਸੀ ਪ੍ਰਿੰਟਡ ਪ੍ਰਾਈਸ ਉੱਤੇ 3990 ਰੁਪਏ ਸੀ ਤੇ ਉਹ ਮਿਲਦੀ 700 ਰੁਪਏ ਦੀ ਸੀ ਫਿਰ ਅਸੀਂ ਡਿਸਕਵਰ ਕੀਤਾ ਹੈ ਤੇ ਇੱਕ ਬਹੁਤ ਵੱਡਾ ਰੈਕਟ ਹੈ ਜਿਹੜੇ ਅਸੀਂ ਪੈਸੇ ਦਿੰਨੇ ਆ ਵਿਚਾਰੇ ਪੇਸ਼ੈਂਟਸ ਨੂੰ ਉਹਨਾਂ ਨੂੰ ਵੀ ਮਾਰਕੀਟ ਚ ਸਮਝ ਨਹੀਂ ਹੁੰਦੀ ਕੋਈ 15% ਡਿਸਕਾਊਂਟ ਕੋਈ 20% ਜਦ ਕੇ ਰਿਟੇਲ ਪ੍ਰਾਈਸ ਦੇ ਵਿੱਚ ਪ੍ਰਿੰਟਡ ਪ੍ਰਾਈਸ ਦੇ ਵਿੱਚ ਤੇ ਜਿਹੜੀ ਕੀਮਤ ਤੇ ਦਵਾਈ ਮਿਲਦੀ ਉਹਦੇ ਚ ਅਸੀਂ 80% ਦਾ ਫਰਕ ਆ ਇਹ ਇੱਕ ਓਪਨ ਰੈਕਟ ਹੈ ਕੋਈ ਲੁਕਿਆ ਛਿਪਿਆ ਰੈਕਟ ਬਿਲਕੁਲ ਨਹੀਂ ਹੈ ਇੱਕ ਤੇ ਹੁੰਦਾ ਹੈ ਕਿ এক্সਪੋਜ਼ ਕਰਨ ਦੀ ਉਸ ਚੀਜ਼ ਨੂੰ ਹੁੰਦੀ ਹੈ ਜਿਹਦੇ ਤੇ ਕੋਈ ਪਰਦਾ ਪਿਆ ਹੋਇਆ ਹੈ ਜਿਹੜੀ ਪ੍ਰਿੰਟਡ ਪ੍ਰਾਈਸ ਹੈ ਜੇ ਉਹ ਚੀਜ਼ ਦੀ 4000 ਰੁਪਏ ਹੈ ਤੇ ਉਹ ਚੀਜ਼ 700 ਰੁਪਏ ਦੀ ਹੈ 650 ਰੁਪਏ ਦੀ ਪੇਸ਼ੈਂਟ ਨੂੰ ਮਾਰਕੀਟ 'ਚੋਂ ਮਿਲੇ ਔਰ ਐ ਨਹੀਂ ਕਿ ਇੱਕ ਪੇਸ਼ੈਂਟ ਹੈ ਉਹਦਾ ਉਹਦਾ ਲਾਈਨਾਂ 'ਚ ਮੈਂ ਤੁਹਾਨੂੰ ਦੱਸਾਂ ਮੇਰੇ ਕੋਲ ਕੱਲੇ ਕੋਲ पीजीआई ਦੇ ਅੰਦਰ 50 ਪੇਸ਼ੈਂਟ ਬਲੱਡ ਕੈਂਸਰ ਦੇ ਬੱਚੇ ਐ ਜਿਨ੍ਹਾਂ ਦੀ ਉਮਰ 7 8 10 ਸਾਲ ਤੋਂ ਘੱਟ ਆ ਉਹਨਾਂ ਕੋਲੋਂ ਇਹ ਮਾਫੀਆ ਰਲ ਕੇ ਜਿਹੜੀ 600 700 ਦੀ ਦਵਾਈ ਦੇ ਅਗੇਂਸਟ 2 2 3 3000 ਰੁਪਏ ਲੈਂਦਾ ਉਹ ਸਿਰਫ ਐਸ ਕਰਕੇ ਕਿ ਜਿਹੜੀ ਸੈਂਟਰ ਗਵਰਨਮੈਂਟ ਆ ਉਹ ਇਸ ਗੱਲ ਬਾਰੇ ਕੋਈ ਖਿਆਲ ਨਹੀਂ ਕਰਦੀ ਤੇ ਤੁਸੀਂ ਕਦੀ ਇਸ ਬਾਰੇ ਆਪਣਾ ਜਿਹੜੇ ਪੀਜੀਆਈ ਦੇ ਡਾਇਰੈਕਟਰ ਨੇ ਉਹਨਾਂ ਨਾਲ ਗੱਲਬਾਤ ਕੀਤੀ ਜਾਂ ਜਿਹੜੇ ਚੰਡੀਗੜ੍ਹ ਦੇ ਹੈਲਥ ਸੈਕਟਰੀ ਹੈ ਉਹਨਾਂ ਨਾਲ ਕਦੀ ਗੱਲਬਾਤ ਕੀਤੀ ਵੀ ਇਸ ਧਾਂਤਲੀ ਨੂੰ ਬੰਦ ਕਰੋ ਤਾਂ ਕਿ ਇਹ ਜਿਹੜਾ ਸੋਸ਼ਲ ਕਾਜ਼ ਤੁਸੀਂ ਚਲਾ ਰਹੇ ਹੋ ਉਸ ਨੂੰ ਮਦਦ ਮਿਲੇ ਦੇਖੋ ਅੱਜ ਤੱਕ ਤੇ ਮੈਂ ਇਸ ਗੱਲ ਨੂੰ ਕਦੀ ਓਪਨ ਚ ਜਾਂ ਕਿਸੇ ਫੋਰਮ ਤੇ ਨਹੀਂ ਕਰ ਪਾਇਆ ਪਹਿਲੀ ਵਾਰੀ ਤੁਹਾਡੇ ਚੈਨਲ ਨੇ ਮੌਕਾ ਦਿੱਤਾ ਕਿ ਇਹ ਦਿਲ ਦੀ ਗੱਲ ਮੈਂ ਪ੍ਰਗਟ ਕਰਾਂ ਇੱਜ ਬਾਕੀ ਗੱਲਾਂ ਨੂੰ ਤੁਹਾਡੇ ਚੈਨਲ ਰਾਹੀਂ ਮੈਂ ਸਾਰੀਆਂ ਸਰਕਾਰਾਂ ਨੂੰ ਸਾਰੇ ਅਫਸਰਾਂ ਨੂੰ ਅਪੀਲ ਕਰਨਾ ਕਿ ਤੁਸੀਂ ਕਿਸੇ ਤਰੀਕੇ ਇਸ ਮਾਫੀਆ ਨੂੰ ਕੰਟਰੋਲ ਕਰੋ ਇਹਦੇ ਵਿੱਚ ਜਿਹੜੇ ਕੇਮਿਸਟ ਸ਼ਾਮਲ ਹੈ ਜਾਂ ਜਿਹੜੇ ਡਾਕਟਰ ਕਾਲੀਆਂ ਭੇਡਾਂ ਹਰ ਇੱਕ ਕਾਮਕਾਰ ਚ ਹੁੰਦੀਆਂ ਉਹਨਾਂ ਨੂੰ ਐਕਸਪੋਜ਼ ਕਰੋ ਜਰਨਲਿਸਟਾਂ ਨੂੰ ਅਪੀਲ ਕਰਨਾ ਕਿ ਤੁਸੀਂ ਕਿੰਨੇ ਕਿੰਨੇ ਵੱਡੇ ਆਰਟੀਕਲ ਕਰਦੇ ਹੋ ਸਕੈਮ ਅਨਕਵਰ ਕਰਦੇ ਹੋ ਇਸ ਤੋਂ ਵੱਡਾ ਹਿੰਦੁਸਤਾਨ ਚ ਦੁਨੀਆ ਚ ਕੋਈ ਸਕੈਮ ਨਹੀਂ ਹੈ ਇਕ ਗਰੀਬ ਨੂੰ ਔਰ ਗਰੀਬ ਤੋਂ ਗਰੀਬ ਆਦਮੀ ਇਹਦਾ ਸ਼ਿਕਾਰ ਹੁੰਦਾ ਅਮੀਰ ਆਦਮੀ ਤੇ ਅੱਗੇ ਮੈਡੀਕਲ ਇੰਸ਼ੋਰੈਂਸ ਨਾਲ ਕਵਰ ਆ। ਇਹ ਉਹ ਨਾ ਦਬੰਦਾ ਤੇ ਅੱਗੇ ਦੁਕਾਨ ਤੇ ਜਾ ਕੇ 네ਗੋਸ਼ੀਏਟ ਕਰਕੇ ਪੈਸੇ ਲਿਆਂਦਾ ਪੜਿਆ ਲਿਖਿਆ ਹੁੰਦਾ ਅਨਪੜ੍ਹ ਆਦਮੀ ਲੁੱਟਿਆ ਜਾ ਰਿਹਾ। ਤੁਹਾਡਾ ਤੁਹਾਡੇ ਮਾਧਮ ਰਾਈ ਮੈਂ ਸਾਰੀਆਂ ਸਰਕਾਰਾਂ ਨੂੰ ਸਾਰੇ ਚੀਫ ਮਿਨਿਸਟਰਾਂ ਨੂੰ ਹੈਲਥ ਮਿਨਿਸਟਰਾਂ ਨੂੰ ਹੈਲਥ ਸੈਕਟਰੀਆਂ ਨੂੰ ਅਪੀਲ ਕਰਨਾ ਕਿ ਉੱਠੋ ਜਾਗੋ ਤੇ ਇਹਨੂੰ ਰੋਕੋ। ਚੱਟਾ ਸਾਹਿਬ ਨੂੰ ਇਸ ਗੱਲ ਦਾ ਬਹੁਤ ਭਾਰੀ ਅਫਸੋਸ ਹੈ ਕਿ ਇਹ ਜਿਹੜਾ ਮਾਫੀਆ ਚੱਲ ਰਿਹਾ ਹੈ ਦਵਾਈਆਂ ਦਾ ਇਹ ਟੁੱਟ ਨਹੀਂ ਪਾਰਿਆ ਔਰ ਇਹ ਕੋਸ਼ਿਸ਼ ਕਰ ਰਹੇ ਨੇ ਲਗਾਤਾਰ ਕਿ ਇਹ ਮਾਫੀਆ ਟੁੱਟੇ ਕੈਮਰਾਮੈਨ ਬਲਵਿੰਦਰ ਆਰੇ ਦੇ ਸਾਥ ਰਮੀਤ ਮੁੰਗਿਆ ਦੀ ਖਾਸ ਰਿਪੋਰਟ ਨੈਸ਼ਨਲ ਬਸ ਕੇ ਲਈ